ਤਰਨਤਾਰਨ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਕੀਤੀ ਨਾਕੇਬੰਦੀ ਦੌਰਾਨ ਭਾਰੀ ਗਿਣਤੀ ਵਿੱਚ ਅਸਲਾ, ਨਸ਼ੀਲੀਆਂ ਗੋਲੀਆਂ ਤੇ ਹੈਰਨ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਭਿੱਖੀਵਿੰਡ ਪੁਲਿਸ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਤੇ ਬਚਿੱਤਰ ਸਿੰਘ ਨੂੰ 2 ਗੱਡੀਆਂ, 1 ਰਾਈਫਲ, 1 ਪਿਸਟਲ, 1 32 ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਖੇਮਕਰਨ ਦੀ ਪੁਲਿਸ ਨੇ ਅੰਤਰਰਾਜੀ ਤਸਕਰ ਕਮਰਜੀਤ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ, ਸੁਖਵੰਤ ਸਿੰਘ ਕੋਲੋਂ ਬਿਨਾਂ ਨੰਬਰੀ ਟਰੈਕਟਰ, 1 ਕਿਲੋ ਹੈਰਨ, 3 ਮੋਬਾਈਲ ਬਰਾਮਦ ਕੀਤੇ ਹਨ। ਇਹ ਇੱਕ ਸਾਡੇ ਭਿੱਖੀਵਿੰਡ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਸਰਚ ਦਿਆਨ ਜਿਹੜੀ ਆ, ਕੱਲ੍ਹ ਅਸੀਂ ਦੁਪਹਿਰ ਨੂੰ 3 ਅਕਿਊਜ਼ ਅਰੈਸਟ ਕੀਤੇ ਸੀ। ਮੇਨ ਸੁਖਵੰਤ ਸਿੰਘ ਅਤੇ 2 ਉਹਦੇ ਲੜਕੇ ਨੇ। ਇਹਨਾਂ ਕੋਲੋਂ ਟਰੈਕਟਰ ਅਤੇ ਮੈਸੀ ਟਰੈਕਟਰ 1 ਕਿਲੋ ਹਿਰਨ ਬਰਾਮਦ ਹੋਈ ਹੈ। ਅਤੇ ਸੁਖਵੰਤ ਸਿੰਘ ਜਿਹੜਾ ਵਾ, ਇਹ ਪਹਿਲੇ ਵੀ 4 ਕਿਲੋ ਦੇ ਵਿੱਚ ਜਿਹੜਾ 12 ਸਾਲ ਦੀ ਸਜ਼ਾ ਕੱਟ ਰਿਹਾ, ਬੇਲ 'ਤੇ ਆਇਆ ਅਤੇ ਹੁਣ ਆ ਕੇ ਫਿਰ ਸ਼ੁਰੂ ਕੰਮ ਕਰਤਾ। ਇਹਨੇ ਆਪਣੇ ਲੜਕੇ ਵੀ ਇਸ ਕੰਮ ਨੂੰ ਜਿਹੜੇ ਨਾਲ ਲਾਤੇ। ਇਸ ਤੋਂ ਪਹਿਲਾਂ ਇਹਨੇ ਜਿਹੜੀ ਆ 4 ਕਿਲੋ ਤੋਂ ਪਹਿਲਾਂ ਇਹਨੇ 16 ਕਿਲੋ ਵੀ ਜਿਹੜੀ ਆ ਬਾਰਡਰ ਤੋਂ, ਕਲਸ ਤੋਂ ਬਾਰਡਰ ਤੋਂ ਚੱਕ ਕੇ ਗਾਂਹ ਡਿਲੀਵਰ ਕੀਤੀ ਸੀ, ਉਹ ਲੈ ਗਿਆ। ਬਾਅਦ ਦੇ ਵਿੱਚ 4 ਕਿਲੋ ਜਦੋਂ ਲੈ ਕੇ ਆਇਆ ਸੀ ਅਤੇ ਉਰਚੇ ਫੜਿਆ ਗਿਆ ਇਹਤੋਂ ਦਿੱਤੇ ਨੂੰ, ਪਰ ਜਦੋਂ ਉਹ 'ਚ ਜਿਹੜੀ 12 ਸਾਲ ਦੀ ਇਹਨੂੰ ਸਜ਼ਾ ਹੋਈ। ਅਤੇ ਪਲੱਸ ਇਹਦਾ ਜਿਹੜਾ ਭਰਾ ਇੱਕ ਰਣਜੀਤ ਸਿੰਘ, ਉਹ ਵੀ ਸਜ਼ਾ ਹੋਇਆ, ਉਹ ਵੀ ਬੇਲ 'ਤੇ ਆਇਆ। ਇੱਕ ਦਾ ਭਰਾ ਮੁਖਤਿਆਰ ਸਿੰਘ ਸੀ, ਉਹ ਵੀ ਸੋਨੇ ਦੀ ਸਮਗਲਿੰਗ ਕਰਦਾ ਸੀ ਪਹਿਲਾਂ, ਉਹ ਵੀ ਮਤਲਬ ਇੰਟਰਨੈਸ਼ਨਲ ਸਮਗਲਿੰਗ ਆ ਪੁਰਾਣੇ। ਇਹ ਕਿ ਸਾਡਾ ਸੀ ਆਈ ਜਿਹੜੀ ਆ ਟੀਮ ਨੇ ਪਿੰਡ ਮੱਲੀਆਂ ਦੇ ਕੋਲ ਇੱਕ ਅਲਟੋ ਗੱਡੀ ਰੋਕ ਕੇ ਤੋਂ ਉੱਥੇ ਜਸਬੀਰ ਸਿੰਘ ਅਤੇ ਕਸ਼ਮੀਰ ਸਿੰਘ 2 ਅਕਿਊਜ਼ ਅਰੈਸਟ ਕੀਤੇ ਸੀ, ਜਿਨ੍ਹਾਂ ਕੋਲੋਂ 11,500 ਗੋਲੀਆਂ, ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਨਾਲ ਇਹਨਾਂ ਕੋਲ 3,15,000 ਜਿਹੜੀ ਆ ਡਰੱਗ ਮਨੀ, ਜਿਹੜੀ ਇਹਨਾਂ ਨੇ ਇਹ ਡਰੱਗ ਵੇਚ ਕੇ ਕਮਾਈ ਸੀ, ਉਹ ਰਿਕਵਰ ਕੀਤੀ ਹੈ। ਇਹਨਾਂ ਦੇ ਥਾਣਾ ਸਦਰ ਦੇ ਵਿੱਚ ਪਰਚਾ ਦਰਜ ਕਰਕੇ ਲੱਗ ਇਹ ਤਫਤੀਸ਼।